ਚੱਲ ਚੰਗਾ ਮੈਂ ਤੇਰੇ ਨਾਲ ਫੇਰ ਗੱਲ ਕਰਦਾ ਯਾਰ ਤੇਰੇ ਨਾਲ ਠੀਕ ਆ ਓਕੇ 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 ਕੀ ਹਾਲ ਆ ਅਮਰਦੀਪ ਓ ਕਿਵੇਂ ਆ ਫਿਰ ਠੀਕ ਆ ਹਾਂ ਹਾਂ ਵਧੀਆ ਮੈਂ ਘਰੇ ਹੋ ਗਿਆ ਤੂੰ ਉੱਥੇ ਹੈ ਨਹੀਂ ਸੀ ਉਹ ਬਸ ਯਾਰ ਮੈਂ ਖੇਤ ਆ ਗਿਆ ਸੀ ਮਾੜਾ ਜਿਹਾ ਕੰਮ ਜਿਹਾ ਸੀ ਹੋਰ ਚੱਲ ਆ ਜਾ ਆਪਾਂ ਮੋਟਰ ਤੇ ਬਹਿ ਕੇ ਗੱਲ ਕਰਦੇ ਆ ਆ ਜਾ ਚੱਲ 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 ਹੋਰ ਸੁਣਾ ਫਿਰ ਕੀ ਕੰਮ ਕਾਰ ਕਰਦਾ ਹੁਣ ਕੰਮ ਕਾਰ ਬਸ ਤੇਰੇ ਸਾਹਮਣੇ ਹੀ ਆ ਮਾੜੀ ਮੋਟੀ ਖੇਤੀ ਬੜੀ ਕਰੀ ਜਾਂਦਾ ਇੱਥੇ ਮੋਟਰਸਾਈਕਲ ਲਾ ਲਾ ਦੇਖ ਮੰਜਾ ਡਾਇਆ ਪਿਆ ਤੇ ਆ ਜਾ ਆਹ ਮੋਟਰਸਾਈਕਲ ਪੁਰਾਣੀ ਹੈ ਕਿ ਨਵਾਂ ਲਿਆਂਦਾ ਅੱਛਾ ਪੁਰਾਣਾ ਹੀ ਹੈ ਠੀਕ ਹੈ ਅੱਜ ਦਿਨ ਦੁਨ ਜਾ ਬਹੁਤ ਵਧੀਆ ਲੱਗਿਆ ਨਾ ਧੁੱਪ ਧੁੱਪ ਬਹੁਤ ਕਾਲੀ ਆ ਹਾਂ ਹਾਂ ਦਿਨ ਬਹੁਤ ਵਧੀਆ ਲੱਗਾ ਵਾ ਆ ਤੂੰ ਦੋ ਤਿੰਨ ਦਿਨਾਂ ਦੀ ਖਬਰ ਜੀ ਸੁਣਦਾ ਮੈਂ ਜਿਹੜੀ ਦੀਪ ਸਿੱਧੂ ਬਾਰੇ ਕਿੰਨਾ ਮਾੜਾ ਕੰਮ ਹੋਇਆ ਬਹੁਤ ਮਾੜਾ ਕੰਮ ਹੋਇਆ ਯਾਰ ਉਹ ਤਾਂ ਹੋਰ ਯਾਰ ਬੜਾ ਵਧੀਆ ਸੀਗਾ ਬਹੁਤ ਮਾੜਾ ਕੰਮ ਹੋਇਆ ਹਾਂ ਭਾਵੇਂ ਯਾਰ ਮੈਂ ਉਹ ਬੰਦੇ ਨੂੰ ਨਾ ਕਿਤੇ ਉਹ ਬੰਦੇ ਨੂੰ ਮੈਂ ਮਿਲਿਆ ਠੀਕ ਆ ਨਾ ਆਪਣੀ ਨਹੀਂ ਉਹਦੇ ਨਾਲ ਜਾਣ ਪਛਾਣ ਸੀ ਯਾਰ ਫੇਰ ਵੀ ਸੋਚ ਕੇ ਨਾ ਮਨ ਦੁਖੀ ਹੁੰਦਾ ਉਹਦੇ ਬਾਰੇ ਪੂਰਾ ਮਨ ਦੁਖੀ ਹੁੰਦਾ ਯਾਰ ਯਾਰ ਹੀਰਾ ਬੰਦਾ ਸੀਗਾ ਪੂਰਾ ਉਹ ਪੂਰਾ ਹੀਰਾ ਬੰਦਾ ਸੀ ਗੋਲ ਬੰਦਾ ਸੀ ਲੋਕਾਂ ਦੀ ਆਵਾਜ਼ ਦੇਖ ਲੈ ਪਰ ਆਪਣੇ ਲੋਕਾਂ ਨੂੰ ਸਾਥ ਨਹੀਂ ਦੇਣਾ ਹੁੰਦਾ ਆਪਣੇ ਲੋਕਾਂ ਨੇ ਜਮਾ ਸਾਥ ਨਹੀਂ ਦਿੱਤਾ ਉਹਦਾ ਜਮਾ ਬਿਲਕੁਲ ਵੀ ਹਾਂ ਜਦੋਂ ਮਰ ਜਾਂਦਾ ਵਾ ਉਦੋਂ ਫਿਰ ਨਹੀਂ ਚੱਲ ਸਾਥ ਨਾ ਦਿੰਦੇ ਤੇ ਉਲਟਾ ਉਹਨੂੰ ਗਦਾਰ ਕਹਿਣ ਲੱਗ ਗਏ ਦੇਖ ਲੈ ਸਹੀ ਗੱਲ ਆ ਹੈ ਤੇ ਮੇਰੀ ਗੱਲ ਸੁਣ ਜਿਹੜੀ ਆਪਣੀ ਇਹ ਦੁਨੀਆ ਨਾ ਜਿਹੜੀ ਦਾਤੀ ਹੁੰਦੀ ਆ ਉਹਦੇ ਇੱਕ ਪਾਸੇ ਦੰਦੇ ਹੁੰਦੇ ਤੇ ਆਪਣੀ ਦੁਨੀਆ ਦੇ ਦੋਵੇਂ ਪਾਸੇ ਦੰਦੇ ਆ ਸਹੀ ਗੱਲ ਆ ਇਹ ਤੇਰੀ ਠੀਕ ਆ ਮੰਨਦਾ ਗੱਲ ਤੇ ਤੈਨੂੰ ਮੈਂ ਇੱਕ ਗੱਲ ਸਮਝਾਉਣਾ ਦੇਖ ਜਦੋਂ ਨਾ ਇਹ ਬੰਦਾ ਜਦੋਂ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸੀ ਠੀਕ ਆ ਹੁਣ ਪਿੱਛੇ ਜੇ ਤੇ ਉਦੋਂ ਇਹ ਬੰਦੇ ਨੇ ਆਵਾਜ਼ ਉਠਾਈ ਮੂਹਰੇ ਹੋ ਕੇ ਤੇ ਆਪਣੇ ਬੰਦੇ ਨੇ ਪਤਾ ਕੀ ਕਿਹਾ ਇਹਨੂੰ ਹੈ ਆਖੇ ਇਹ ਹੁਣ ਇੰਨਾ ਲੇਟ ਕਾਹਤੋਂ ਬੋਲਣ ਲੱਗਾ ਪਹਿਲਾਂ ਕਿੱਥੇ ਗਿਆ ਸੀ ਪਹਿਲਾਂ ਕਿੰਨੀਆਂ ਬੇਅਦਬੀਆਂ ਹੋਈਆਂ ਹੁਣ ਕਾਹਤੋਂ ਮੂਹਰੇ ਆਇਆ ਦੇਖ ਲਾ ਤੇ ਜਦੋਂ ਇਹ ਬੰਦੇ ਨੇ ਕਿਸਾਨੀ ਮੋਰਚਾ ਜਦੋਂ ਉੱਥੇ ਸ਼ੰਭੂ ਮੋਰਚਾ ਲਾਇਆ ਕਿਸਾਨੀ ਮੋਰਚਾ ਉੱਥੇ ਮੂਹਰੇ ਹੋ ਕੇ ਆਇਆ ਇਹ ਬੰਦਾ ਠੀਕ ਆ ਉਦੋਂ ਆਪਣੇ ਬੰਦੇ ਕਹਿੰਦੇ ਇਹ ਆਪਣੀ ਕੌਮ ਨੂੰ ਦੋ ਪਾਸਿਆਂ 'ਚ ਵੰਡ ਰਿਹਾ ਦੋ ਫਾੜ ਕਰ ਰਿਹਾ ਕੌਮ ਨੂੰ ਦੇਖ ਲਓ ਕੀ ਬੁੱਝੇ ਕੋਈ ਤੇ ਬਾਅਦ 'ਚੋਂ ਇਹ ਬੰਦਾ ਨਾ ਦਿੱਲੀ ਜਾ ਕੇ ਕਿਸਾਨੀ ਧਰਨੇ 'ਤੇ ਆਵਾਜ਼ ਉਠਾ ਕੇ ਬੋਲਿਆ ਠੀਕ ਆ ਉਦੋਂ ਬਾਅਦ ਆਪਣੇ ਬੰਦੇ ਕਹਿੰਦੇ ਤਾਂ ਰਾਜਨੀਤੀ ਕਰਨ ਆਇਆ ਇੱਥੇ ਠੀਕ ਆ ਤੇ ਬਾਅਦ 'ਚ ਉਹ 25 ਜਨਵਰੀ ਨੂੰ ਆਪਣੇ ਬੰਦਿਆਂ ਨੇ ਚੜ੍ਹਾਤਾ ਸਟੇਜ 'ਤੇ ਬਈ ਬੋਲ ਕੁਛ ਉਦੋਂ ਬਾਅਦ ਫਿਰ ਆਪਣੇ ਬੰਦੇ ਇਹੀ ਗੱਲ ਕਹਿੰਦੇ ਆ ਬਈ ਇਹ ਬੰਦਾ ਇੱਥੇ ਰਾਜਨੀਤੀ ਖੇਡਣ ਆਇਆ ਅਤੇ ਆਪਣੇ ਬੰਦਿਆਂ ਨੂੰ ਭੜਕਾ ਰਿਹਾ ਦੇਖ ਲਾ 26 ਜਨਵਰੀ ਨੂੰ ਲਾਲ ਕਿਲੇ 'ਤੇ ਉਹ ਗਿਆ ਬੰਦਾ ਠੀਕ ਆ ਮੂਹਰੇ ਹੋ ਕੇ ਹੈ ਨਾ ਲਾਲ ਕਿਲੇ 'ਤੇ ਝੰਡਾ ਚੜ੍ਹਾਉਣ ਗਿਆ ਉਦੋਂ ਉਹ ਬੰਦੇ ਨੂੰ ਉਦੋਂ ਬਾਅਦ ਗਦਾਰ ਦਾ ਖਿਤਾਬ ਦੇਤਾ ਇਹਨਾਂ ਨੇ ਗਦਾਰ ਐਲਾਨ ਤਾ ਇਹਨੂੰ ਠੀਕ ਆ ਅਤੇ ਉਦੋਂ ਬਾਅਦ ਚਲੋ ਗਦਾਰ ਦੇ ਨਾਂ 'ਤੇ ਇਹਦੇ ਉੱਤੇ ਪਰਚਾ ਕੀਤਾ ਗਿਆ ਪਰਚਾ ਵੀ ਕਰਤਾ ਠੀਕ ਆ ਲਾਲ ਕਿਲੇ 'ਤੇ ਕਰਕੇ ਲਾਲ ਕਿਲੇ ਵਾਲੀ ਗੱਲ 'ਤੇ ਪਰਚਾ ਕਰਤਾ ਇਹ 'ਤੇ ਅਤੇ ਉਦੋਂ ਆਪਣੇ ਬੰਦੇ ਮੁੱਕਰ ਗਏ ਸਾਫ਼ ਅੱਗੇ ਇਹਨੂੰ ਤਾਂ ਅਸੀਂ ਜਾਣਦੇ ਨਹੀਂ ਤਾਂ ਬੰਦਾ ਹੀ ਹੋਰ ਆ ਕੇ ਇਹ ਤਾਂ ਸਾਡੇ ਕੌਮ 'ਚੋਂ ਬੰਦਾ ਹੀ ਹੈ ਨਹੀਂ ਕਹਿੰਦੇ ਲਾਲ ਕਿਲੇ 'ਤੇ ਲਾਲ ਕਿਲੇ ਵਾਲੀ ਗੱਲ ਕਰਕੇ ਉੱਥੇ ਪਰਚਾ ਹੋ ਗਿਆ ਹੈ ਨਾ ਅਤੇ ਉਦੋਂ ਬਾਅਦ ਉਹ ਬੰਦਾ ਬਈ ਭੁੱਬਾਂ ਮਾਰ ਮਾਰ ਕੇ ਰੋਇਆ ਬਈ ਮੈਂ ਗਦਾਰ ਨਹੀਂ ਹੈਗਾ ਮੈਂ ਗਦਾਰ ਨਹੀਂ ਹੈਗਾ ਮੈਂ ਕੌਮ ਦਾ ਸੇਵਾਦਾਰ ਹਾਂ ਪਰ ਆਪਣੇ ਬੰਦਿਆਂ ਨੇ ਗੱਲ ਨਹੀਂ ਗੌਲੀ ਅਤੇ ਆਪਣੇ ਬੰਦੇ ਉਲਟਾ ਇਹ ਗੱਲ ਕਹਿੰਦੇ ਆ ਵੀ ਇਹ ਨਾਟਕ ਕਰਦਾ ਚਲੋ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਠੀਕ ਆ ਗ੍ਰਿਫਤਾਰ ਕਰ ਲਿਆ ਫਿਰ ਆਪਣੇ ਬੰਦਿਆਂ ਨੇ ਆਹ ਗੱਲ ਕਹੀ ਆ ਕਹਿੰਦੇ ਸਰਕਾਰ ਨੇ ਜਾਣ ਕੇ ਗ੍ਰਿਫਤਾਰ ਕੀਤਾ ਇਹਨੂੰ ਬਈ ਆਪਣੇ 'ਚੋਂ ਬੰਦਾ ਇਹ 'ਤੇ ਕੋਈ ਉੱਠ ਨਾ ਖੜੇ ਇਹਨੂੰ ਜਾਨੂ ਨਾ ਮਾਰ ਦੇ ਸਰਕਾਰ ਨੇ ਬਚਾਉਣ ਦੀ ਖਾਤਰ ਆਪਦਾ ਬੰਦਾ ਬਈ ਬਚਾਉਣ ਦੀ ਖਾਤਰ ਕਿਉਂਕਿ ਆਪਣੇ ਲੋਕਾਂ ਨੇ ਤਾਂ ਇਹ ਗੱਲ ਵੀ ਕਹਿਤੀ ਸੀ ਵੀ ਇਹ ਸਰਕਾਰ ਦਾ ਬੰਦਾ ਵਾ ਅਤੇ ਇੱਥੇ ਆਪਣੇ ਕਿਸਾਨੀ ਮੋਰਚੇ ਵਿੱਚ ਆਪਸ ਵਿੱਚ ਲੋਕਾਂ ਨੂੰ ਭੜਕਾਉਣ ਆਇਆ ਠੀਕ ਆ ਬਈ ਤਾਂ ਕਰਕੇ ਬਈ ਸਰਕਾਰ ਨੇ ਇਹਨੂੰ ਗ੍ਰਿਫਤਾਰ ਕਰਾਇਆ ਬਈ ਸਰਕਾਰ ਨੇ ਇਹਨੂੰ ਗ੍ਰਿਫਤਾਰ ਕਰਾਇਆ ਵੀ ਇਹ ਲੋਕਾਂ ਤੋਂ ਸੇਫ ਰਹੇ ਠੀਕ ਆ ਇਹ ਗੱਲ ਕਹਿਤੀ ਜੇਲ੍ਹ ਦੇ ਵਿੱਚ ਉਹਦੇ ਚਿਹਰੇ 'ਤੇ ਰੌਣਕ ਸੀਗੀ ਜਦੋਂ ਜੇਲ੍ਹ ਦੇ ਵਿੱਚ ਸੀਗਾ ਅਤੇ ਆਪਣੇ ਬੰਦੇ ਕਹਿੰਦੇ ਇਹਨੂੰ ਤਾਂ ਖਾਣਾ ਪਾਣੀ ਜੇਲ੍ਹ ਦੇ ਵਿੱਚ ਬਹੁਤ ਵਧੀਆ ਮਿਲਦਾ ਵਾ ਠੀਕ ਆ ਜਦੋਂ ਜੇਲ੍ਹ ਦੇ ਵਿੱਚ ਸੀ ਇਹਨੂੰ ਤਾਂ ਖਾਣਾ ਪਾਣੀ ਬਹੁਤ ਵਧੀਆ ਮਿਲਦਾ ਵਾ ਸਰਕਾਰ ਸੇਵਾ ਬਹੁਤ ਕਰਦੀ ਇਹਨੂੰ ਕੀ ਲੋੜ ਆ ਬਾਹਰ ਆਉਣ ਦੀ ਚੱਲ ਯਾਰ ਉਹ ਬੰਦੇ ਨੂੰ ਜ਼ਮਾਨਤ ਵੀ ਮਿਲ ਗਈ ਆ ਕੇ ਠੀਕ ਆ ਅਤੇ ਫਿਰ ਆਪਣੇ ਬੰਦੇ ਫਿਰ ਆਹੀ ਗੱਲ ਕਹਿੰਦੇ ਆ ਕਹਿੰਦੇ ਜ਼ਮਾਨਤ ਇੰਨੀ ਛੇਤੀ ਹੋ ਕਿਵੇਂ ਗਈ ਇਹ ਤਾਂ ਸਰਕਾਰ ਦਾ ਬੰਦਾ ਤਾਂ ਇੰਨੀ ਛੇਤੀ ਜ਼ਮਾਨਤ ਕਰਾਤੀ ਠੀਕ ਆ ਹਾਂ ਬਈ ਦੇਖ ਜਦੋਂ ਉਹ ਜੇਲ੍ਹ 'ਚੋਂ ਰਿਹਾ ਹੋਇਆ ਜੇਲ੍ਹ 'ਚੋਂ ਉਹਨੂੰ ਜ਼ਮਾਨਤ ਮਿਲੀ ਉਦੋਂ ਬਾਅਦ ਉਹ ਬੰਦਾ ਖੜ੍ਹੇ ਪੈਰੀਂ ਹਰਿਮੰਦਰ ਸਾਹਿਬ ਗਿਆ ਮੱਥਾ ਟੇਕਣ ਅਤੇ ਉਦੋਂ ਆਪਣੇ ਬੰਦਿਆਂ ਨੇ ਕਿਹਾ ਜਾਣ ਕੇ ਸੱਚਾ ਬੰਦਾ ਇਹ ਹਰਿਮੰਦਰ ਸਾਹਿਬ ਆਇਆ ਠੀਕ ਆ ਅਤੇ ਚਲੋ ਹੈ ਨਾ ਉਹ ਬੰਦਾ ਕੁਛ ਟਾਈਮ ਇਹ ਚੀਜ਼ ਤੋਂ ਦੂਰ ਰਹਿਣ ਦੀ ਖਾਤਰ ਬੰਬੇ ਉੱਠ ਗਿਆ ਠੀਕ ਆ ਬੰਬੇ ਰਹਿਣ ਉੱਠ ਗਿਆ ਅਤੇ ਆਪਣੇ ਬੰਦੇ ਪਤਾ ਕੀ ਕਹਿੰਦੇ ਆ ਆਪਣੇ ਬੰਦੇ ਕਹਿੰਦੇ ਜਾਣ ਕੇ ਭੱਜ ਗਿਆ ਮੈਦਾਨ ਛੱਡ ਕੇ ਠੀਕ ਆ ਅਤੇ ਚਲੋ ਹੈ ਨਾ ਪੰਜਾਬ ਦੇ ਹੱਕਾਂ ਦੀ ਖਾਤਰ ਉਹ ਬੰਦੇ ਨੇ ਪਾਰਟੀ ਬਣਾਈ ਆਪਣੀ ਪਾਰਟੀ ਬਣਾਈ ਠੀਕ ਆ ਅਤੇ ਉਹ ਬੰਦੇ ਨੇ ਪਾਰਟੀ ਬਣਾਈ ਅਤੇ ਫਿਰ ਆਪਣੇ ਲੋਕ ਕਹਿੰਦੇ ਆ ਕਿ
ਮੈਂ ਤਾਂ ਕਹਿੰਦਾ ਆਪਣੇ ਲੋਕ ਕਹਿੰਦੇ ਆ ਬਈ ਤੁਹਾਨੂੰ ਤਾਂ ਪਹਿਲਾਂ ਹੀ ਕਿਹਾ ਸੀਗਾ ਵੀ ਇਹ ਬੰਦਾ ਰਾਜਨੀਤੀ ਕਰੂਗਾ, ਵੀ ਦੇਖੋ ਇਹ ਰਾਜਨੀਤੀ ਕਰਨ ਲੱਗ ਗਿਆ। ਮੇਰੀ ਗੱਲ ਸੁਣੋ, ਅਤੇ ਉਹ ਬੰਦਾ ਗਦਾਰ ਖਵਾਉਣ ਦੇ ਬਾਵਜੂਦ ਵੀ ਪੰਜਾਬ ਦੇ ਹੱਕਾਂ ਲਈ ਦਿਲ 'ਤੇ ਪੱਥਰ ਧਰ ਕੇ ਲੜਦਾ ਰਿਹਾ, ਅਤੇ ਲੜਦਾ ਲੜਦਾ ਵਿਚਾਰਾ ਇਸ ਦੁਨੀਆ ਨੂੰ ਅਲਵਿਦਾ ਆ ਗਿਆ। ਠੀਕ ਆ, ਅਲਵਿਦਾ ਕਹਿ ਗਿਆ। ਅਤੇ ਉਦੋਂ ਬਾਅਦ ਹੁਣ ਆਪਣੇ ਪੰਜਾਬੀ ਕੀ ਕਹਿੰਦੇ ਆ ਵੀ ਇਹ ਬੰਦਾ ਹੀਰਾ ਸੀ। ਹੀਰਾ ਸੀ, ਸਹੀ ਗੱਲ। ਠੀਕ ਆ, ਅਤੇ ਨਹੀਂ ਬਈ ਤੁਸੀਂ ਜਿਉਂਦੇ ਜੀ, ਜੇ ਬੰਦੇ ਦੇ ਨਾਲ ਖੜੇ ਹੁੰਦੇ ਸ਼ਾਇਦ ਉਹ ਅੱਜ ਬੰਦਾ ਜਿਉਂਦਾ ਹੁੰਦਾ, ਜਿਉਂਦਾ ਹੁੰਦਾ ਮੰਨਦਾ ਕਿ ਨਹੀਂ ਗੱਲ। ਠੀਕ ਆ ਬਈ, ਕਿਸੇ ਬੰਦੇ ਦੇ ਮਰਨ ਤੋਂ ਬਾਅਦ ਉਹਦੇ ਉੱਤੇ ਭਰੋਸਾ ਕਰਨਾ ਆਪਣੇ ਪੰਜਾਬੀਆਂ ਤੋਂ ਸਿੱਖੇ ਕੋਈ? ਸਿੱਖਿਆ, ਸਹੀ ਗੱਲ। ਠੀਕ ਆ, ਇਹੀ ਗੱਲ ਆ ਬਈ, ਆਪਣੀ ਕੌਮ ਨੇ ਬਹੁਤ ਅਨਮੋਲ ਹੀਰਾ ਗਵਾ ਲਿਆ। ਬਹੁਤ ਬਹੁਤ। ਠੀਕ ਆ, ਸਹੀ ਗੱਲ ਆ, ਮੰਨਦਾ ਗੱਲ। ਜੇ ਆਪਣੇ ਪੰਜਾਬੀ ਤੂੰ ਤੂੰ ਮੈਂ ਨੂੰ ਛੱਡ ਕੇ ਉਹਨੂੰ ਗਦਾਰ ਨਾ ਕਹਿੰਦੇ ਨਾ ਅੱਜ, ਤਾਂ ਉਹ ਬੰਦੇ ਨੇ ਬਹੁਤ ਕੁਝ ਸੁਧਾਰ ਦੇਣਾ ਸੀ ਪੰਜਾਬ ਦੇ ਵਿੱਚ। ਸੁਧਾਰ ਦੇਣਾ ਸੀ। ਠੀਕ ਆ, ਉਹ ਬੰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸੀ, ਪੈਸੇ ਦਾ ਕੀ ਆ, ਪੈਸਾ ਤਾਂ ਉਹਦੇ ਕੋਲ ਬਹੁਤ ਸੀ, ਬਹੁਤ ਸੀ, ਬਹੁਤ। ਠੀਕ ਆ, ਤੇ ਚੱਲ ਯਾਰ ਉਹ ਬੰਦਾ ਹਨਾ, ਉਹ ਬੰਦੇ ਤੇ ਹੁਣ ਲੋਕ ਭਰੋਸਾ ਕਰਦੇ ਆ ਵੀ ਉਹ ਤਾਂ ਹੀਰਾ ਸੀਗਾ, ਅਸੀਂ ਆਏ ਜਿਉਂ। ਤੇ ਯਾਰ ਬਈ, ਜੇ ਤੁਸੀਂ ਜਿਉਂਦੇ ਜੀ ਉੱਤੇ ਭਰੋਸਾ ਕਰਦੇ ਤਾਂ ਸ਼ਾਇਦ ਉਹ ਬੰਦਾ ਜਿਉਂਦਾ ਹੁੰਦਾ ਅੱਜ। ਸਹੀ ਗੱਲ ਆ। ਉਹ ਬੰਦਾ ਬਾਈ ਹਜੇ ਵੀ ਇਹ ਗੱਲ ਕਹਿ ਰਿਹਾ ਸੀਗਾ ਰੋ ਰੋ ਕੇ ਕਿ ਮੈਂ ਗਦਾਰ ਨਹੀਂ ਹੈਗਾ, ਮੈਨੂੰ ਕਿਉਂ ਬਈ, ਮੈਂ ਪੰਜਾਬ ਦਾ ਇੰਨਾ ਮੋਹ ਕੀਤਾ, ਮੈਨੂੰ ਇਹ ਸਿਲਾ ਮਿਲਿਆ, ਮੈਨੂੰ ਇਹ ਗੱਲ ਮਿਲੀ ਆ ਵੀ ਮੈਨੂੰ ਗਦਾਰ ਕਹਿਣ ਲੱਗ ਗਏ ਲੋਕ, ਵੀ ਮੈਨੂੰ ਕੀ ਮਿਲਿਆ ਇੰਨਾ ਕੁਛ ਕਰਕੇ। ਠੀਕ ਆ, ਉਹ ਬੰਦਾ ਕਹਿੰਦਾ ਦੇਖ ਲਓ ਮੇਰੀ ਹਾਲਤ ਵੀ ਕਿਹੋ ਜਿਹੀ ਆ, ਮੈਂ ਖਾਣਾ ਪੀਣਾ ਕੀ ਆ, ਕਿਸੇ ਨੇ ਸੋਚਿਆ ਇਹ ਗੱਲ ਨੂੰ? ਸਹੀ ਗੱਲ। ਠੀਕ ਆ, ਮੰਨਦਾ ਇਹ ਗੱਲ। ਚਲੋ ਹੁਣ ਤਾਂ ਯਾਰ ਜਿਹੜਾ ਕੁਛ ਹੋ ਗਿਆ, ਜਾਣ ਵਾਲਾ ਚਲਿਆ ਗਿਆ। ਠੀਕ ਆ, ਜਾਣ ਵਾਲਾ ਚਲਿਆ ਗਿਆ। ਅਤੇ ਹੁਣ ਮੇਰੀ ਗੱਲ ਸੁਣੋ, ਆਪਾਂ ਇੱਕ ਹੀ ਸੇਧ ਦੇਣਾ ਚਾਹੁੰਦੇ ਹਾਂ ਬਈ ਪੰਜਾਬੀ, ਉਹ ਜਿਹਨੇ ਉਹ ਬੰਦੇ ਨੂੰ ਗਦਾਰ ਕਿਹਾ, ਠੀਕ ਆ, ਉਹ ਚਲੋ ਜਿਹੜੀ ਗੱਲ ਹੋ ਗਈ ਹੋ ਗਈ, ਹੁਣ ਇੱਕ ਗੱਲ ਕਰ ਲਿਓ, ਉਹ ਬੰਦੇ ਦੀ ਆਖਰੀ ਇੱਛਾ ਨੂੰ ਜ਼ਰੂਰ ਪੂਰਾ ਕਰ ਦਿਓ, ਅਤੇ ਅਮਰਗੜ੍ਹ ਤੋਂ ਜਿਹੜਾ ਸਿਮਰਨਜੀਤ ਸਿੰਘ ਮਾਨ ਖੜ੍ਹਾ, ਠੀਕ ਆ, ਉਹਦੇ ਹੱਕ ਜ਼ਰੂਰ ਵੋਟ ਪਾਇਓ, ਅਤੇ ਦੀਪ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਮਿਲੂਗੀ, ਇਹ ਗੱਲ ਨੂੰ ਜ਼ਰੂਰ ਪੂਰਾ ਕਰਿਓ। ਅਤੇ ਸਾਡੀ ਵੀਡੀਓ ਦੁਆਰਾ ਇਹ ਇੱਕ ਮੈਸੇਜ ਸੀਗਾ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਪੂਰਾ ਦੇਖਣ ਲਈ, ਅਤੇ ਅੱਗੇ ਵੀਡੀਓ ਰੈਗੂਲਰ ਆਉਂਦੀਆਂ ਰਹਿਣਗੀਆਂ। ਜਿਉਂਦੇ ਵਾਸਤੇ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।